कहिंदे जेल च बैठा बंदा कतल किदां करवा सकदा, जिद्दां लार्स बिश्नोई करवा सकदा उद्दां। कहिंदे प्रूफ दिओ। ओ भाई पहलां ओ नौजवान माझे दा लड़का, पहलां ओ कल्ला अमृतपाल सी, अज ओ MP अमृतपाल है। जे पंजाब दा DG कुछ बोलिया बिना सबूतां तो नहीं बोल सकदा। ਵੀ ਰੀਸਾਂ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਕੀਤੀਆਂ ਸੀ, ਪਰ ਸੰਤ ਗਿਆਨੀ ਜਰਨੈਲ ਸਿੰਘ ਵਰਗਾ ਕਿਰਦਾਰ ਕਿੱਥੋਂ ਲੈ ਕੇ ਆਵਾਂਗੇ, ਉਹਨਾਂ ਵਰਗਾ ਪ੍ਰਚਾਰ ਕਿੱਥੋਂ ਲੈ ਕੇ ਆਵਾਂਗੇ। ਉਹਨਾਂ ਦੀ ਬੁੱਕਲ ਵਿੱਚ, ਉਹਨਾਂ ਦੀ ਸ਼ਰਨ ਵਿੱਚ ਲੌਂਗੋਵਾਲ ਵੀ ਜਾਂਦਾ ਸੀ ਅਤੇ ਟੌੜਾ ਵੀ ਜਾਂਦਾ ਸੀ। ਉਹਨਾਂ ਦੀ ਸ਼ਰਨ ਵਿੱਚ ਕਾਂਗਰਸੀ ਵੀ ਤੁਰੇ ਫਿਰਦੇ ਸੀ, ਪਰ ਉਹਨਾਂ ਨੇ ਤਾਂ ਕਿਸੇ ਨੂੰ ਗੋਲੀ ਨਹੀਂ ਮਰਵਾਈ। ਗੱਜ ਕੇ ਆਖੋ ਸਤਨਾਮ। ਜਿੰਨਾ ਚਿਰ ਕੁੱਤੇ ਦੇ ਮੂੰਹ ਦੇ ਉੱਤੇ ਡਾਂਗ ਨਾ ਵੱਜੇ, ਉਹਨਾਂ ਚਿਰ ਉਹ ਪਿੱਛੇ ਨਹੀਂ ਮੁੜਦਾ। ਇਹੋ ਜਿਹੇ ਲੋਕ ਜਿਹੜੇ ਬਾਹਰ ਬੈਠ ਕੇ, ਵਿਦੇਸ਼ਾਂ 'ਚ ਬੈਠ ਕੇ ਭਾੜੇ ਦੇ ਕਿਰਾਏ ਦੇ ਗੁੰਡੇ ਖਰੀਦ ਕੇ ਹਰੀਨੋ ਵਰਗੇ ਗੁਰਸਿੱਖਾਂ ਦਾ ਕਤਲ ਕਰਾਉਂਦੇ ਆ, ਅਸੀਂ ਇੱਥੋਂ ਗੁਰੂ ਦੀ ਹਜ਼ੂਰੀ 'ਚ ਉਹਦੇ ਤੋਂ ਨੀਵੇਂ ਹੋ ਕੇ ਕਹਿੰਦੇ ਹਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ। ਅਜੋਕਾ ਜਿਹੜਾ ਬਹਿਰੂਪੀ ਆ, ਇਹਦੇ ਪਰਿਵਾਰ ਦਾ ਕੀ ਹਾਲ ਆ? ਆਨੰਦ ਕਾਰਜ ਦੀ ਫੋਟੋ ਨਹੀਂ ਸਾਹਮਣੇ ਕੀਤੀ, ਅੰਮ੍ਰਿਤ ਨਹੀਂ ਛਕਿਆ, ਸਹੇਲੀਆਂ ਕੱਟੀਆਂ, ਟੌਪ ਪਾਉਂਦੇ ਹਾਂ, ਜੀਨਾਂ ਪਾਉਂਦੇ ਹਾਂ, ਅਤੇ ਪੁੱਛਦੇ ਸਾਡੇ ਪਰਿਵਾਰਾਂ ਨੂੰ ਹੈ ਕਿੱਥੇ ਖੜ੍ਹੇ ਹੋ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਜਿੱਦਣ ਤੁਹਾਡਾ ਹਰਪ੍ਰੀਤ ਨਸ਼ੇ 'ਚ ਫੜਿਆ ਸੀ, ਉਦਣ ਵੀ ਤੁਹਾਨੂੰ ਇਹ ਗੱਲ ਕਹੀ ਸੀ ਵੀ ਤਿੰਨ ਤਖ਼ਤ ਨੇ, ਤਿੰਨਾਂ ਤਖ਼ਤ ਪੰਜਾਬ 'ਚ, ਵੈਸੇ ਸਾਡੇ ਪੰਜ ਨੇ, ਪੰਜਾਬ 'ਚ ਜਾਣਾ ਸੌਖਾ ਹੈ, ਪੰਜ ਪਿਆਰੇ ਸਾਹਿਬਾਨ ਤਿੰਨਾਂ ਤਖ਼ਤਾਂ 'ਤੇ ਨੇ, ਕੇਸਰੀ ਨਿਸ਼ਾਨ ਸਾਹਿਬ ਝੁਲਦੇ ਨੇ, ਉੱਥੇ ਆਣ ਕੇ ਕਹਿ ਦਿਓ ਵੀ ਮੇਰਾ ਮੁੰਡਾ ਸੈਂਟਰ 'ਚ ਭਰਤੀ ਰਿਹਾ ਸੰਗਰੂਰ, ਤੁਸੀਂ ਆਏ ਨਹੀਂ। ਗੁਰਪ੍ਰੀਤ ਹਰੀ ਨੌਂ ਦਾ ਪਤਾ ਕਸੂਰ ਕੀ ਸੀ? ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਉਹ ਦੱਸੋ ਤੁਸੀਂ ਪਰਿਵਾਰਾਂ ਵਾਲੇ ਹੋ ਵੀ ਫੇਸਬੁੱਕ 'ਤੇ ਲਿਖਣ ਨਾਲ ਕਤਲ ਕਰਨੇ ਹੁੰਦੇ ਆ? ਮਹਾਰਾਜ ਕਹਿੰਦੇ ਰੋਸ ਨਾ ਕੀਜੈ ਪੁੱਤਰ ਤੀਜੈ, ਅਤੇ ਫਿਰ ਇੱਥੇ ਤਾਂ ਗੋਲੀ ਮਿਲੀ ਆ। ਮੈਂ ਕੁਛ ਕਹਿਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਸਟੇਜ ਤੋਂ ਹੋਈ ਹੈ ਬਈ ਭਰਾ ਮਾਰੂ ਜੰਗ। ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਆ ਕਿ ਸੁਖਜੀਤ ਸਿੰਘ ਖੋਸਾ ਭਰਾ ਮਾਰੂ ਜੰਗ ਨੂੰ ਵਧਾਵਾ ਦੇ ਰਿਹਾ। ਹਾਂ, ਮੈਂ ਦੇ ਰਿਹਾ। ਗੁਰੂ ਗ੍ਰੰਥ ਸਾਹਿਬ ਵੱਲ ਨੂੰ ਮੂੰਹ ਕਰਕੇ ਸੋਚੋ, ਖੋਸਾ ਦੇ ਰਿਹਾ ਵਧਾਵਾ ਕਿ ਜਾਂ ਜਿਨ੍ਹਾਂ ਨੇ ਸਾਡਾ ਭਰਾ ਮਾਰਿਆ ਉਹ ਭਰਾ ਮਾਰੂ ਜੰਗ ਨੂੰ ਬੜਾਵਾ ਦੇ ਰਿਹਾ। ਨਾਲੇ ਚੋਰ ਨਾਲੇ ਚਤਰ ਚਤਰਾਈਆਂ, ਮੈਨੂੰ ਗੋਲ ਗੋਲ ਕੱਲਾਂ ਨਹੀਂ ਕਰਨੀਆਂ ਆਉਂਦੀਆਂ ਖਾਲਸਾ ਜੀ, ਨਾ ਮੈਂ ਕਰਾਂਗਾ। ਤੁਸੀਂ 16 ਦੀ ਲਿਸਟ ਬਣਾਓ, ਤੁਸੀਂ 20 ਦੀ ਬਣਾਓ, ਤੁਸੀਂ 30 ਦੀ ਬਣਾਓ। ਦੱਸ ਕੇ ਗਏ ਨੇ ਅਜਨਾਲਾ ਸਾਹਿਬ, ਜਿਹੜੇ ਤੁਸੀਂ ਕੌਣ ਹੋ ਭਲਾ ਜਿਨ੍ਹਾਂ ਵਾਸਤੇ ਗੁਰੂ ਨੇ ਕਿਹਾ ਵਾ ਰਹਿਤ ਬਿਨਾ ਨਹੀਂ ਸਿੱਖ ਕਹਾਵੇ, ਰਹਿਤ ਬਿਨਾ ਦਰ ਝੂਟਾ ਖਾਵੇ, ਤੁਸੀਂ ਉਹ ਲੋਕ ਹੋ। ਇੱਕ ਆਡੀਓ ਤੁਰੀ ਫਿਰਦੀ ਹੈ ਇਸ ਗੁਰਪ੍ਰੀਤ ਦੇ ਕਾਂਡ ਤੋਂ ਬਾਅਦ, ਉਹਨੂੰ ਐਡੀ ਵੱਡੀ ਕਰਕੇ ਪੇਸ਼ ਕੀਤਾ ਜਾ ਰਿਹਾ ਕਿ ਸੱਚ ਇਹ ਹੀ ਆ। ਦੱਸੋ ਉਹ ਆਡੀਓ ਭਰਨ ਵਾਲਾ ਨੌਜਵਾਨ ਜੇ ਸੱਚੀ ਹੋਵੇ ਤਾਂ ਪੰਜਾਬੀ ਆ ਨਾ, ਸਿੱਖਾਂ ਦੇ ਘਰੇ ਜੰਮਿਆ। ਮੈਂ ਉਹਦੇ ਫਾਦਰ ਨੂੰ ਫਰੀਦਕੋਟ ਜੇਲ੍ਹ 'ਚ ਮਿਲਿਆ, ਕੇਸ ਦਾੜਾ ਉਹਨੇ ਰੱਖੇ ਹੋਏ ਨੇ, ਇਹਦਾ ਮਤਲਬ ਸਿੱਖਾਂ ਦਾ ਮੁੰਡਾ। ਅਤੇ ਫੇਰ ਕਹਿਣਾ ਪਊਗਾ ਨਾ, ਰੁੱਖ ਰੋਇਆ ਕੁਹਾੜੇ ਵਿੱਚ ਦੇਖ ਦੱਸਤਾ, ਜੜ੍ਹਾਂ ਨੂੰ ਟੱਕ ਲਾਇਆ ਅਤੇ ਆਪਣਿਆਂ ਨੇ। ਫੁੱਲ ਰੋਇਆ ਮਾਲਣ ਹੱਥ ਦੇਖ ਸੂਈ, ਜਿਗਰ 'ਚ ਛੇਕ ਪਾਇਆ ਅਤੇ ਆਪਣਿਆਂ ਨੇ। ਮੁਰਦਾ ਰੋਇਆ ਦਗੇ ਦੀ ਦੇਖ ਦੁਨੀਆ, ਚਿੱਤਾ ਨੂੰ ਲਾਂਬੂ ਲਾਇਆ ਅਤੇ ਆਪਣਿਆਂ ਨੇ। ਪੰਜਾਬੀ ਆ ਨਾ, ਫਿਰ ਹੁਣ ਕਹਿੰਦੇ ਜੇਲ੍ਹ 'ਚ ਬੈਠਾ ਬੰਦਾ ਕਤਲ ਕਿੱਦਾਂ ਕਰਵਾ ਸਕਦਾ, ਜਿੱਦਾਂ ਲਾਰਸ ਬਿਸ਼ਨੋਈ ਕਰਵਾ ਸਕਦਾ ਉੱਦਾਂ। ਕਹਿੰਦੇ ਪ੍ਰੂਫ ਦਿਓ। ਅੱਜ ਮੀਡੀਆ ਖੜਾ, ਬੜੀਆਂ ਗੱਲਾਂ ਹੁੰਦੀਆਂ ਨੇ। ਉਹ ਭਾਈ ਪਹਿਲਾਂ ਉਹ ਨੌਜਵਾਨ, ਉਹ ਮੁੰਡਾ, ਮਾਝੇ ਦਾ ਲੜਕਾ,
ਪਹਿਲਾਂ ਉਹ ਕੱਲਾ ਅੰਮ੍ਰਿਤਪਾਲ ਸੀ, ਅੱਜ ਉਹ ਐਮ ਪੀ ਅੰਮ੍ਰਿਤਪਾਲ ਹੈ। ਜੇ ਪੰਜਾਬ ਦਾ ਡੀ ਜੀ ਕੁਝ ਬੋਲਿਆ, ਬਿਨਾਂ ਸਬੂਤਾਂ ਤੋਂ ਨਹੀਂ ਬੋਲ ਸਕਦਾ। ਪਏ ਨੇ ਸਬੂਤ, ਜਿਹਨੇ ਦੇਖਣੇ ਹੋਣ ਉਹਨੂੰ ਦਿਖਾਏ ਜਾ ਸਕਦੇ ਨੇ, ਜਿਹਨੇ ਸੁਣਨੇ ਹੋਣ ਉਹਨੂੰ ਸੁਣਾਏ ਜਾ ਸਕਦੇ ਨੇ। ਪਰ ਫਿਰ ਵੀ ਖਾਲਸਾ ਜੀ, ਅਸੀਂ ਕਰਨਾ ਤਾਂ ਵੱਡੀ ਧਿਰ ਨੂੰ ਡਿਫੈਂਡ, ਅਸੀਂ ਬੁੱਕਲ ਵਿੱਚ ਗੁੜ ਭੰਨਣਾ ਜਾਣਦੇ ਹਾਂ। ਅਸੀਂ ਇੱਥੋਂ ਕਹਿਣਾ ਚਾਹੁੰਦੇ ਹਾਂ ਵੀ ਰੀਸਾਂ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਕੀਤੀਆਂ ਸੀ। ਸੀ ਮੈਂ ਲਫ਼ਜ਼ ਵਰਤਦਾ ਕਿਉਂਕਿ ਹੁਣ ਸੀ 'ਚ ਬਦਲ ਗਿਆ, ਪਾਸਟ 'ਚ ਚਲੇ ਗਈ ਗੱਲ, ਪਰ ਸੰਤ ਗਿਆਨੀ ਜਰਨੈਲ ਸਿੰਘ ਵਰਗਾ ਕਿਰਦਾਰ ਕਿੱਥੋਂ ਲੈ ਕੇ ਆਵਾਂਗੇ, ਉਹਨਾਂ ਵਰਗਾ ਪ੍ਰਚਾਰ ਕਿੱਥੋਂ ਲੈ ਕੇ ਆਵਾਂਗੇ, ਉਹਨਾਂ ਦੀ ਬੁੱਕਲ ਵਿੱਚ ਉਹਨਾਂ ਦੀ ਸ਼ਰਨ ਵਿੱਚ ਲੌਂਗੋਵਾਲ ਵੀ ਜਾਂਦਾ ਸੀ ਅਤੇ ਟੋੜਾ ਵੀ ਜਾਂਦਾ ਸੀ। ਉਹਨਾਂ ਦੀ ਸ਼ਰਨ ਵਿੱਚ ਕਾਂਗਰਸੀ ਵੀ ਤੁਰੇ ਫਿਰਦੇ ਸੀ, ਸਾਰੇ ਹੀ ਤੁਰਦੇ ਸੀ ਨਾ, ਪਰ ਉਹਨਾਂ ਨੇ ਤਾਂ ਕਿਸੇ ਨੂੰ ਗੋਲੀ ਨਹੀਂ ਮਰਵਾਈ। ਗੱਜ ਕੇ ਆਖੋ ਸਤਨਾਮ। ਗੁਰਪ੍ਰੀਤ ਹਰੀ ਨਾਂ ਦਾ ਪਤਾ ਕਸੂਰ ਕੀ ਸੀ? ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਉਹ ਦੱਸੋ ਤੁਸੀਂ ਪਰਿਵਾਰਾਂ ਵਾਲੇ ਹੋ ਵੀ ਫੇਸਬੁੱਕ 'ਤੇ ਲਿਖਣ ਨਾਲ ਕਤਲ ਕਰਨੇ ਹੁੰਦੇ ਆ? ਫੇਸਬੁੱਕ 'ਤੇ ਲਿਖਣਾ, ਮਹਾਰਾਜ ਕਹਿੰਦੇ ਰੋਸ ਨਾ ਕੀਜੈ ਉੱਤਰ ਦੀਜੈ, ਅਤੇ ਫਿਰ ਇੱਥੇ ਤਾਂ ਗੋਲੀ ਮਿਲੀ ਆ। ਹੁਣ ਕਹਿੰਦੇ ਲਿੰਕ ਕਿੱਦਾਂ ਜੋੜੋਗੇ? ਲਿੰਕ ਜਿੱਦਾਂ ਤੁਸੀਂ ਧਮਕੀਆਂ ਦਿੱਤੀਆਂ ਉੱਦਾਂ ਲਿੰਕ ਜੋੜਨੇ ਨੇ। ਜਿੱਦਾਂ ਤੁਸੀਂ ਕਿਹਾ ਵੀ ਜਿੰਨੇ ਤੁਰੇ ਫਿਰਦੇ ਨੇ ਨਾਲ ਦੇ, ਉਹ ਸ਼ਬਦ ਮੈਂ ਇੱਥੋਂ ਮੇਰੀਆਂ ਧੀਆਂ ਵੀ ਆ, ਮੇਰੇ ਸਤਿਕਾਰਯੋਗ ਮਾਵਾਂ ਵੀ ਆ, ਮੈਂ ਕਹਿ ਨਹੀਂ ਸਕਦਾ, ਬੜਾ ਕੁਝ ਪਿਆ ਏ। ਅਤੇ ਤੁਹਾਡੇ ਜਿਹੜੇ ਸੋ ਐਂਡ ਸੋ ਚੀਫ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜਾ ਅਮੈਰੀਕਾ 'ਚ ਬੈਠਾ, ਜਿਹਨੇ ਪੂਰੀ ਕੌਮ ਨੂੰ ਸਿਆਬੇ 'ਚ ਪਾਇਆ ਹੋਇਆ, ਜਿਹੜਾ ਕੱਚ ਘਰੜਾ, ਦਾੜਾ ਵੀ ਮੁੰਨਦਾ, ਕੇਸ ਵੀ ਮੁੰਨਦਾ, ਅਤੇ ਕਿਹੜਾ ਆਗੂ ਆ ਜਿਹਦੀ ਧੀ ਭੈਣ ਦੀ ਉਸ ਬੰਦੇ ਨੇ ਫੋਟੋ ਐਡਿਟ ਨਾ ਕੀਤੀ ਹੋਵੇ? ਸਮਝਣ ਵਾਲੇ ਤੁਸੀਂ ਸਮਝਾਓਗੇ। ਮੈਂ ਉਸ ਮਾੜੇ ਅੰਸਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਇਹ ਗੱਲ ਇੱਥੇ ਰੁਕਣੀ ਨਹੀਂ ਹੈਗੀ। ਕਿਉਂ? ਜਿੰਨਾ ਚਿਰ ਕੁੱਤੇ ਦੇ ਮੂੰਹ ਦੇ ਉੱਤੇ ਡਾਂਗ ਨਾ ਵੱਜੇ, ਉਨਾ ਚਿਰ ਉਹ ਪਿੱਛੇ ਨਹੀਂ ਮੁੜਦਾ। ਇਹੋ ਜਿਹੇ ਲੋਕ ਜਿਹੜੇ ਬਾਹਰ ਬੈਠ ਕੇ, ਵਿਦੇਸ਼ਾਂ 'ਚ ਬੈਠ ਕੇ, ਭਾੜੇ ਦੇ ਕਿਰਾਏ ਦੇ ਗੁੰਡੇ ਖਰੀਦ ਕੇ ਗੁਰਪ੍ਰੀਤ ਨੌਂ ਹਰੀ ਨੌਂ ਵਰਗੇ ਗੁਰਸਿੱਖਾਂ ਦਾ ਕਤਲ ਕਰਾਉਂਦੇ ਆ, ਅਸੀਂ ਇੱਥੋਂ ਗੁਰੂ ਦੀ ਹਜ਼ੂਰੀ 'ਚ ਉਹਦੇ ਤੋਂ ਨੀਵੇਂ ਹੋ ਕੇ ਕਹਿੰਦੇ ਹਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ, ਕੈਰਾਂ ਵਾਂਗੂ ਨਹੀਂ ਵੀ ਤੁਰੇ ਜਾਂਦੇ ਨੂੰ ਕਿਸੇ ਨੂੰ ਗੋਲੀ ਮਾਰ ਦਿਓ, ਬੰਦੇ ਦੇ ਪੁੱਤਾਂ ਵਾਂਗੂ। ਔਰ ਦੂਜੀ ਗੱਲ, ਤੁਸੀਂ ਕਿਹਾ ਸੀ ਹਰੀ ਨੋ ਟਾਕਸ, ਘਰ ਪੁੱਛਿਆ ਸੀ, ਤੁਹਾਡਾ ਮਤਲਬ ਸੀ ਕਿ ਡਰਾ ਦਿੱਤਾ ਜਾਵੇ। ਬਾਕੀ ਵੀ ਬੋਲਦੇ ਨੇ, ਸਾਰੇ ਸਤਿਕਾਰਯੋਗ ਨੇ, ਬਹੁਤ ਨੌਜਵਾਨ ਬੋਲੇ ਨੇ, ਪਰ ਮੈਂ ਤਾਂ ਉਦਣ ਤੋਂ ਵੱਧ ਬੋਲਦਾ ਬਈ। ਮੇਰੇ ਨਾਂ ਦਾ ਪਤਾ ਨਾ ਤੁਹਾਨੂੰ? ਮੇਰੇ ਘਰ ਦਾ ਵੀ ਪਤਾ, ਐਡਰੈਸ ਵੀ ਪਤਾ। ਆਓ ਆਪਾਂ ਵੇਖੀਏ, ਇੱਕ ਮਾਰੋਗੇ? ਪਹਿਲਾਂ ਅਸੀਂ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ, ਅਜੇ ਬਾਬੇ ਬਖਸ਼ੀਸ਼ ਉਹਨਾਂ ਨੇ ਕਰਨੀ ਗੱਲ, ਇੱਕ ਮਾਰੋਗੇ ਹੋ ਸਕਦਾ ਦੋ ਮਾਰਨੇ ਪੈਣ, ਫਿਰ ਇੱਥੇ ਗੱਲ ਖੜੂਗੀ ਨਹੀਂ। ਇਹ ਪ੍ਰਸ਼ਾਸਨ ਸੁਣ ਲੈ, ਲੱਲੀਆਂ ਪੋਚੀਆਂ ਕਰਨੀਆਂ ਬੰਦ ਕਰ ਦੇਣ। ਔਰ ਸੰਗਤ ਮੈਨੂੰ ਪੁੱਛੂਗੀ ਕਿ ਉਦਣ ਸੰਸਕਾਰ ਕੀਤਾ ਸੀ ਅਤੇ ਉਦਣ ਕਹਿੰਦੇ ਸੀ ਭਰੋਸਾ, ਅੱਜ ਕੀ ਆ? ਤਿੰਨ ਬੰਦੇ ਗ੍ਰਿਫਤਾਰ ਕੀਤੇ ਨੇ ਔਰ ਗੁਰਪ੍ਰੀਤ ਹਰੀ ਨਾਂ ਦੇ ਪਿੰਡ ਦੇ ਹੀ ਨੇ ਦੋ। ਦੱਸੋ ਫਿਰ ਜੜ੍ਹਾਂ ਨੂੰ ਆਪਣਿਆਂ ਨੇ ਟੱਕ ਲਾਇਆ ਕਿਸੇ ਹੋਰ ਨੇ ਲਾਇਆ? ਔਰ ਦੂਜੇ ਵੀ ਕੋਈ ਬਿਹਾਰੀ ਨਹੀਂ ਹੈਗੇ, ਉਹ ਵੀ ਪੰਜਾਬ ਦੇ ਨੇ, ਮਾਨ ਸਾਹਿਬ ਜਿਹੜੇ ਹਲਕੇ 'ਚ ਖੜ੍ਹਦੇ ਹੁੰਦੇ ਆ, ਉੱਧਰਲੇ ਪਾਸੇ ਦੇ ਨੇ ਜਿੱਥੋਂ ਚੋਣ ਲੜਦੇ ਆ। ਮੈਂ ਹਿੰਟ ਦੇ ਸਕਦਾ ਪੂਰਾ ਕਲੀਅਰ, ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਆ। ਸੋ ਇਸ ਕਰਕੇ ਉਹਨਾਂ ਦੇ ਨਾਂ ਪਤੇ ਸਭ ਕੁਛ ਪ੍ਰਸ਼ਾਸਨ ਦੇ ਕੋਲ ਆ, ਅਤੇ ਫਿਰ ਹਜੇ ਵੀ ਅਸੀਂ ਕਹੀ ਜਾਈਏ ਨਹੀਂ ਨਹੀਂ ਭਰਾ ਮਾਰੂ ਜੰਗ ਹੈ, ਭਰਾ ਮਾਰੂ ਜੰਗ ਹੈ। ਅਤੇ ਭਰਾ ਮਾਰੂ ਜੰਗ ਸ਼ੁਰੂ ਕਿਹਨੇ ਕੀਤੀ ਆ? ਮੈਂ ਥੋੜ੍ਹੀ ਜਿਹੀ ਗੱਲ ਕਰਨੀ, ਮਾਫ਼ੀ ਮੰਗਣੀ ਆ,
संत ज्ञानी जरनैल सिंह दे सत्कारयोग धर्म सपत्नी मेरे माता जी उन्हां दा किरदार तुसी सारिआं ने देखिआ ना, दुपट्टा केसगी सूट सलवार पहरावा ते अजोका जिहड़ा बहरूपिया इहदे परिवार दा की हाल आ। आनंद कारज की फोटो नहीं सामने की, अमृत नहीं छकिया, सहेलियां कट्टिया, टॉप पाने आ, जीना पाने आ, ते पुछदे साडे परिवारां नूं है कित्थे खड़े हो, ये गल रहनी रहे, सोई सिख मेरा ओ साहिब मैं उसका चेहरा। ते फिर गुरप्रीत हरीनो थोड़े नूं 100 दर्जे चंगा सी, कैंची चप्पलों च मैं 2 साल वेखदा रहा उस नौजवान नूं बहबल मोर्चे ते, सखराज हाईलाइट चेहरा सी पर बहबल मोर्चे की किंग पिन 9 तरीक नूं गोलियां मार के उड़ा दित्ती गई है। बेदबी इंसाफ मोर्चे की किंग पिन सी गुरप्रीत सिंह, उन्हूं मारिया गया। अमृतधारी सी, नितनेमी सी, ते फिर सिखी दी परिभाषा आ, सिखी का सिद्धांत आ भी भजे जाते तो गोली नहीं वार नहीं करना, वो कह रो तुसी ते पिठ च गोलियां मारियां। फिर आउंदा भी गुरुद्वारों सी, ते हजे साढ़े कुछ बंदे हजे भी कही जाते नहीं 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 नहीं, ये बह के फैसला होना चाहिए। ये भी गल मैं सारी संगत को माफ़ी बह जाने, जिदन तुहाडा हरप्रीत नशे च फड़िया सी उदन भी थोनू यह गल कही सी भी 3 तख्त ने, 3 तख्त पंजाब च, वैसे साढ़े 5 ने, पंजाब जाना सौखा है, 5 प्यारे साहबान 3 तख्तों ते ने, केसरी निशान साहब झुलदे ने, उत्थे आण के कह दिओ भी मेरा मुंडा सेंटर च भर्ती नहीं आ संगरूर, तुसी आए नहीं। हुण फिर कहने साडा भरा चल गया पर तुसी आ जाओ केसरी निशान साहब थले किसी भी तख्त ते, कह दिओ भी साडा मुंडा जेल च फोन नहीं चलाउंदा, मन लांगे थोड़ी दलील, हद हो गई, एती मार पई करलाने ते की दर्द ना आया। सो इस करके ओ वीरो, ओ भैनो, ओ नौजवानो, किसे कमियार वीर दियां 2 धियां सी, एक जिमीदारां दे घर कम करदी सी ते दूजे भांडे बनाउण दा, सौण भादों आया ओ कवे कि दोनों बच जाण, हुण एक नूं पाणी दी लोड़ आ ते जिहड़ी भांडे बनाउण वाली जे मीह पैंदा ते उहदे भांडे खराब हुंदे आ। वो फिर किसी सियाने ने कहा भी जां टांड्यां वाली रहनी जां भांड्यां वाली रहनी आ। हुण एक बार फैसला करना पैना भी आपां कातलां नाल खड़ना जां पीड़तां नाल खड़ना, जे पीड़तां नाल जिहड़े खड़ना चाहुंदे आ हथ खड़े कर दिओ, जिहड़े कातलां नाल उह ना करिओ। बोले सो निहाल, असी गुरु ग्रंथ साहब सच्चे पातशाह तों पैर मन के पैर रख के कहने आ, गुरप्रीत दे सिंह हरीनों दे परिवार नाल खड़े सी, खड़े हाँ ते खड़े रहांगे। ये धी साडी धी आ, उहदा बाप साडा वड्डा भरा आ, उहदी माँ सत्कारयोग माता साडी वड्डी भैण आ, ते उहदा बच्चा साडा अपना बच्चा आ। जिहड़ी अख इहदे वल झाकूगी उहनू कढ दित्ता जाऊगा, जिहड़ा गुट इधर नू वधूगा वढ दित्ता जाऊगा, किसी कीमत ते नहीं बख्शिया जाऊगा। होईआं भुल्लां चुक्कां दी क्षमा। वाहिगुरू जी का खालसा, वाहिगुरू जी की फतह।